ਗੁਰਦੀਪ ਰੇ ਇੱਕ ਤੋਂ ਆਏ ਭਾਜੀ ਲੰਡਨ ਦਾ ਸਰ ਕੀ ਕਹਿੰਦੇ ਤੁਸੀਂ ਜਿਹੜੇ ਇੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਕਿੰਨੇ ਵਜੇ ਫਲੈਟ ਆਈ ਸੀ ਕੈਟ ਹਾਂਜੀ ਰਾਤੀ ਹੋ ਗਈ ਸੀ ਲੈਂਡ ਅਬਾਊਟ 1 ਵਜੇ ਤੇ ਉਸ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਵਾਇਰਸ ਦਾ ਹੈਗਾ ਹੈ ਨਾ ਉਹਨਾਂ ਨੂੰ ਓਬਵੀਅਸਲੀ ਟੈਸਟਿੰਗ ਕਰਨਾ ਪੈਣਾ ਸੀ ਠੀਕ ਹੈ ਵੀ ਅਗਰੀ ਦੈਟ ਹੈ ਨਾ ਟੈਸਟ ਕਰਨਾ ਪੈਣਾ ਸੀ ਨੋ ਪ੍ਰੋਬਲਮ ਬਟ ਉਹਨਾਂ ਨੂੰ ਹੈਂਡਲਿੰਗ ਕਰਨ ਦਾ ਜਿਹੜਾ ਢੰਗ ਆ ਉਹ ਨਹੀਂ ਸੀ ਸਹੀ ਸੀਗਾ ਸਾਨੂੰ ਕਿਤੇ ਕਹਿ ਯਾਰ ਅਸੀਂ 1 ਘੰਟੇ ਬਾਅਦ ਆ ਜਾਏਗਾ ਰਿਜ਼ਲਟ ਕਿਤੇ ਕਹਿ ਰਹੇ ਸੀ 2 ਘੰਟੇ ਬਾਅਦ ਆ ਜਾਏਗਾ ਫਿਰ ਕਹਿ ਰਹੇ 4 ਘੰਟੇ ਬਾਅਦ ਆ ਜਾਏਗਾ ਹੁਣ ਜਾ ਕੇ 2 ਵਜੇ ਅਸੀਂ ਬਾਹਰ ਆਏ ਹਾਂ ਇਟਸ ਅਬਾਊਟ 13 ਘੰਟੇ ਬਾਅਦ ਅਸੀਂ ਬਾਹਰ ਆਏ ਹਾਂ ਜਾ ਕੇ ਅਤੇ ਮਤਲਬ ਟੈਸਟਿੰਗ ਦਾ ਸਾਨੂੰ ਪਤਾ ਕਿ ਟਾਈਮ ਲੱਗਦਾ ਹੈ ਨਾ ਸਾਨੂੰ ਇੱਕ ਵਾਰ ਦੱਸ ਦਿੱਤਾ ਜਾਂਦਾ ਕਿ 8-9 ਘੰਟੇ ਲੱਗਣਗੇ ਤੁਸੀਂ ਆਰਾਮ ਨਾਲ ਬੈਠੋ ਹਾਲਾਂਕਿ ਖਾਣਾ ਵਗੈਰਾ ਉਹਨਾਂ ਨੂੰ ਦਿੱਤਾ ਆ ਜਿੰਨਾ ਕੁ ਉਹਨਾਂ ਨੂੰ ਹੋ ਸਕਿਆ ਉਹ ਜਿੱਥੋਂ ਤੱਕ ਮੇਰਾ ਖਿਆਲ ਆ ਕਿ ਉਹ ਦਿੱਲੀ ਦੇ ਫਲਾਈਟ ਤੋਂ ਆਇਆ ਜਿਹੜੇ ਦਿੱਲੀ ਲੈਂਡ ਹੋਇਆ ਇੱਥੇ ਨਹੀਂ ਇੱਥੋਂ ਦੇ ਜਿਹੜੇ ਪੋਜ਼ਿਟਿਵ ਆਏ ਆਮ ਨੋਟ ਸ਼ੋਰ ਸਾਨੂੰ ਨੇਮ ਬਾਈ ਨੇਮ ਉਹਨਾਂ ਨੇ ਕਾਲ ਕਰਕੇ ਬਾਹਰ ਕੱਢਿਆ ਹਾਂਜੀ ਮੈਂ ਆਈ ਐਮ ਔਨ ਮਾਈ ਓਨ ਬਟ ਮੈਂ ਦੇਖ ਰਿਹਾ ਸੀਗਾ ਬੱਚਿਆਂ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਡੈਫੀਨੇਟਲੀ ਆਈ ਕੁਡ ਸੇ ਮੇਰਾ ਨਾਮ ਮਲਕੀਤ ਸਿੰਘ ਹੈ ਮੈਂ UK ਤੋਂ ਆਇਆ ਸਾਨੂੰ ਮੁਸ਼ਕਲ ਤਾਂ ਬਹੁਤ ਆਈ ਅਸੀਂ ਪਿੱਛੋਂ ਰਿਪੋਰਟ ਕਰਾ ਕੇ ਆਏ ਸੀ ਬਿਲਕੁਲ ਸਹੀ ਰਿਪੋਰਟ ਸੀ ਇੱਥੇ ਜਦੋਂ 12:40 ਤੇ ਰਾਤ ਅਸੀਂ ਲੈਂਡ ਕੀਤਾ ਲੈਂਡ ਕਰਨ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ ਤੁਹਾਡੀ ਇੱਥੇ ਦੁਬਾਰਾ ਕਰੋਨਾ ਟੈਸਟ ਹੋਏਗਾ ਜਦ ਅਸੀਂ ਸਾਰਿਆਂ ਨੇ ਇਹ ਕਿਹਾ ਕਿ ਸਾਡੇ ਕੋਲ ਆਲਰੇਡੀ ਟੈਸਟ ਹੋਇਆ ਹੈ ਪ੍ਰੋਪਰ ਰਹਿਣ ਨੂੰ ਪਰ ਇਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਇੱਥੇ ਵੀ ਕਰਨਾ ਹੈ ਅਸੀਂ ਉੱਥੇ ਦੇ ਟੈਸਟ ਨੂੰ ਜਾਂ ਬੈਲਟ ਨਹੀਂ ਸਮਝੇ ਜੋ ਵੀ ਇਹਨਾਂ ਦੀ ਮਰਜ਼ੀ ਹੈ ਉਹ ਕੀ ਕਹਿ ਸਕਦੇ ਹਾਂ ਉਸ ਤੋਂ ਬਾਅਦ ਸਾਨੂੰ ਰਾਤ 12:40 ਤੋਂ ਲੈ ਕੇ ਇਸ ਵੱਲ ਇਸ ਟਾਈਮ ਤੱਕ ਬਹੁਤ ਪਰੇਸ਼ਾਨੀ ਹੋਈ ਬਹੁਤ ਨਾ ਸਾਡੀ ਕੋਈ ਗੱਲ ਸੁਣੀ ਪਈ ਸਾਰੇ ਲੋਕਾਂ ਨੇ ਕਾਫੀ ਹੱਲਾ ਗੁੱਲਾ ਕੀਤਾ ਫਿਰ ਉਦੋਂ ਬਾਅਦ ਥੋੜ੍ਹੀ ਬਹੁਤੀ ਗੱਲ ਸੁਣੀ ਗਈ ਔਰ ਇੰਨਾ ਕਰਨ ਤੋਂ ਬਾਅਦ ਇਸ ਟਾਈਮ ਜਾ ਕੇ ਸਾਡਾ ਥੋੜ੍ਹਾ ਬਹੁਤਾ ਛੁਟਕਾਰਾ ਹੋਇਆ ਥੋੜ੍ਹੀ ਬਹੁਤ ਕੋਈ ਅਰੇਂਜਮੈਂਟ ਕੀਤਾ ਕਿ ਖਾਣ ਪੀਣ ਦਾ ਨਹੀਂ ਬਹੁਤ ਘੱਟ ਨਹੀਂ ਕੋਈ ਐਸਾ ਕੋਪਰੇਟ ਨਹੀਂ ਸੀ ਕੁਛ ਖਾਸ ਨਹੀਂ ਸੀ ਠੀਕ ਹੈ ਜੀ ਕੀ ਨਾਮ ਸਰ ਮੇਰਾ ਨਾਮ ਰਵਿੰਦਰ ਕੁਮਾਰ ਜੀ ਇੰਗਲੈਂਡ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਭਾਅ ਜੀ ਬਹੁਤ ਜ਼ਿਆਦਾ ਯਾਨੀ ਕਿ ਮੈਨੂੰ 19 ਸਾਲ ਦੀ ਲਾਈਫ 'ਚ ਪਹਿਲੀ ਵਾਰੀ ਮੁਸ਼ਕਲਾਂ ਦੇਖੀਆਂ ਨਾ ਜਦੋਂ ਤੁਹਾਨੂੰ ਪਤਾ ਵੀ ਅਸੀਂ ਏਅਰਲਾਈਨ ਨੂੰ ਇੱਦਾਂ ਲੈਂਡ ਕਰਨਾ ਕੋਈ ਪ੍ਰੋਸੈਸ ਨਾ ਕੋਈ ਡਾਕਟਰ ਦਾ ਕੋਈ ਪ੍ਰਬੰਧ ਨਹੀਂ ਹੈ ਨਾ ਬਿਨਾਂ ਮਤੋਂ ਜਿੱਦਾਂ ਹੈ ਨਾ ਕੋਈ ਸਫਾਈ ਦਾ ਨਹੀਂ ਕੋਈ ਫੂਡ ਦਾ ਨਹੀਂ ਕੋਈ ਹੈ ਨਾ ਅਰੇਂਜਮੈਂਟ ਅਤੇ 12 ਘੰਟੇ ਹੋਏ ਸਾਨੂੰ ਇੱਦਾਂ ਖੜਿਆਂ ਨੂੰ ਲੱਤੋਂ ਭਾਰਾ ਨਾ ਹੁਣ ਆ ਰਹੀ ਹੈ 10 ਮਿੰਟ ਆ ਰਹੀ ਹੈ ਉੱਥੇ ਨਾਰੇ ਬਾਰੇ ਵੱਜੇ ਲੱਗੇ ਹੈ ਨਾ ਬੈਰੀਅਰ ਤੋੜੇ ਆ ਬਹੁਤ ਕੁਛ ਤੋੜਿਆ ਨਾ ਅਤੇ ਤੁਹਾਡੇ ਟੈਸਟ ਵਗੈਰਾ ਕੀਤੇ ਕਿ ਟੈਸਟ ਕੀਤੇ ਸਾਡੇ ਆ ਹੁਣ ਰਿਪੋਰਟ ਆਈ ਮੇਰੇ ਕਿਹਾ 1 ਵਜੇ ਰਿਪੋਰਟ ਆਈ ਆ ਅਤੇ ਹੁਣ ਇਕੱਲੇ ਇਕੱਲੇ ਨੌਂ ਅਲਾਊਂਸ ਕਰ ਰਹੇ ਆ ਜਿਹੜਾ ਵੀ ਨੈਗੇਟਿਵ ਆਇਆ ਭਾਅ ਜੀ ਮੈਨੂੰ ਨਹੀਂ ਲੱਗਦਾ ਵੀ ਹੋਊਗੇ ਪਰ ਉਹ ਕਹਿੰਦੇ ਆ ਨਾ ਸਾਡੇ ਕੋਲ ਸਰਟੀਫਿਕੇਟ ਹੈਗੇ ਇੰਗਲੈਂਡ ਦੇ ਅਸੀਂ ਤਾਂ ਕਰਾ ਕੇ ਆਏ ਆ ਨਾ ਕਿੱਥੇ ਵਾਪਸ ਜਾ ਰਹੇ ਅਸੀਂ ਨਵਾਂ ਸ਼ਹਿਰ ਪੰਜਾਬ ਯਕੀਨ ਮੰਨੋ ਭਾਅ ਜੀ 12 ਵਜੇ ਦੀ ਫਲੈਟ ਹੋਈ ਉਹ 12 ਕਿੰਨੇ ਹੋ ਗਏ ਆ 12-13-14 ਘੰਟੇ ਹੋ ਗਏ ਸਾਨੂੰ ਖੱਜਲੇ ਹੋਏ ਆ
ਚਲੋ ਅਸੀਂ ਤਾਂ ਜਾਂਗੂ ਆ ਜਿਹੜੇ ਬੱਚੇ ਸੀਗੇ ਨਾ ਬੱਚੇ ਸੀਗੇ ਉਹ ਬਹੁਤ ਪਰੇਸ਼ਾਨ ਸੀਗੇ ਨਾ ਦੁੱਧ ਨਾ ਬੱਚਿਆਂ ਨੂੰ ਦੁੱਧ ਹੈ ਨਾ ਕੋਈ ਫੂਡ ਬੱਚਿਆਂ ਦਾ ਫੂਡ ਇਹ ਨਹੀਂ ਉਹਨਾਂ ਨੂੰ ਬੱਚਿਆਂ ਦੁੱਧ ਇਹ ਨਹੀਂ ਗਾ ਕਿੰਨੀ ਕੋਮਨ ਸੈਂਸ ਵਾ ਨਾ ਏਅਰਪੋਰਟ ਤੋਂ ਖਾਣ ਪੀਣ ਦਾ ਅਰੇਂਜਮੈਂਟ ਮੈਂ ਕੁਛ ਵੀ ਨਹੀਂ ਸੀਗਾ ਹੈ ਨਾ ਨਾ ਟੋਇਲਟਾਂ ਸਾਫ ਚੱਲ ਬੰਦਿਆਂ ਨੇ ਜਿਹੜੇ ਬੱਚਿਆਂ ਦਾ ਫੂਡ ਦਾ ਜੇ ਤੁਸੀਂ ਰੋਕਣੇ ਬੱਚੇ ਇੰਨੇ ਆ ਉਹਨਾਂ ਦਾ ਫੂਡ ਦਾ ਪ੍ਰਬੰਧ ਹੋਣਾ ਚਾਹੀਦਾ ਦੁੱਧ ਦਾ ਪ੍ਰਬੰਧ ਹੋਣਾ ਹੈ ਹੀ ਨਹੀਂ ਸੀਗਾ ਉਹਨਾਂ ਪੈਸੇਂਜਰ ਦੇ ਨਾਲ ਕੋਈ ਹੱਥੋਂਬਾਜ਼ੀ ਵੀ ਕੀਤੀ ਉੱਥੇ ਪ੍ਰਸ਼ਾਸਨ ਨੇ ਜਾ ਕੇ ਨਹੀਂ ਸੰਸਰ ਨੇ ਕੀਤੀ ਆ ਉਹਨਾਂ ਨੇ ਨਹੀਂ ਕੀਤੀ ਪੁਲਿਸ ਨੇ ਪ੍ਰੋਟੈਕਟ ਕੀਤਾ ਅਸੀਂ ਤਾਂ ਨਾਅਰੇਬਾਜ਼ੀ ਲਾਈ ਆ ਯਾਨੀ ਕਿ ਕਾਫੀ ਕੀਤਾ ਅਤੇ ਯਾਨੀ ਠੀਕ ਹੋ ਗਿਆ ਵਧੀਆ ਹੋ ਗਿਆ ਨਾ ਹਾਂਜੀ।